गुरु ग्रंथ साहब जी दे विच बहुत जिक्र किया है, जय दे नामा बेपस धामा तिनको कृपा पई है अपार, कहे कबीर तुम समर्थ दाते चार पदार्थ देत नंबर। एडी बड़ी अवस्था होवे, एडा बड़ा उच्चा जीवन होवे, फिर वो मनुख दे चरणां च परमेश्वर दे चरण वासा करदे, नहीं तां करदे नहीं आ। ਇਹ ਬਿਨਾਂ ਛੱਡ ਦਿਓ ਵੀ ਅੰਦਰ ਚਰਨ ਵਸਣੇ ਨਹੀਂ ਆ, ਆਪਾਂ ਜਾਣਾ ਕੀ ਕਰਨਾ। ਗੁਰਮੁਖੋ ਇੱਕ ਪੌੜੀ ਚੜ੍ਹ ਕੇ ਦੂਜੀ ਚੌਥੀ, ਜੇ ਚੜ੍ਹੇਗੀ ਨਾ ਤਾਂ ਪਹੁੰਚਣਾ ਕਿੱਦਾਂ? ਹੌਲੀ ਹੌਲੀ ਆ ਕੇ ਆਪਣੇ ਪੁੰਨ ਬਣਾ ਕੇ, ਕੋਈ ਆ ਕੇ ਝਾੜੂ ਫੇਰਦਾ, ਕੋਈ ਆ ਕੇ ਕੋਈ ਪਦਾਰਥ ਚੜ੍ਹਾਉਂਦਾ, ਕੋਈ ਆ ਕੇ ਗੁਰੂ ਦਾ ਜਸ ਸੁਣਦਾ, ਕੋਈ ਆ ਕੇ ਭਾਈ ਸੁਣਾਉਂਦਾ, ਉਹਦੇ ਪੁੰਨ ਬਣ ਜਾਂਦੇ ਆ। ਉਹ ਪੁੰਨ ਫਿਰ ਚੱਕ ਕੇ ਮਹਾਤਮਾ ਦੇ ਨੇੜੇ ਲੈ ਜਾਂਦੇ ਆ। ਤਾਂ ਸਤਿਗੁਰੂ ਜੀ ਨੇ ਬਾਣੀ ਵਿੱਚ ਲਿਖਿਆ, ਧੰਨ ਧੰਨ ਭਾਗ ਤਿਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁੱਖ ਕਹਿਤੇ ਆ, ਧੰਨ ਧੰਨ ਭਾਗ ਤਿਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਮਣਤੇ ਆ, ਧੰਨ ਧੰਨ ਭਾਗ ਤਿਨਾ ਸੰਤ ਜਨਾ, ਹਰ ਜਸ ਕੀਰਤ ਹਰ ਕੀਰਤਨ ਗਾਏ ਗੁਣੀ ਜਨ ਬਣਤੇ ਆ, ਧੰਨ ਧੰਨ ਭਾਗ ਤਿਨਾ ਗੁਰਮੁਖਾਂ, ਜੋ ਗੁਰਸਿੱਖ ਲੈ ਮਨ ਜਿਣਤੇ ਆ, ਸਭ ਤੋਂ ਭਾਗ ਵੱਡੇ ਗੁਰਸਿੱਖਾਂ ਦੇ, ਜੋ ਗੁਰਚਰਨੀ ਸਿੱਖ ਪੜਤੇ ਆ, ਜਿਹੜਾ ਸਿੱਖ ਗੁਰੂ ਦੇ ਚਰਨਾਂ 'ਚ ਆ ਕੇ ਡਿੱਗ ਪਿਆ। ਮਹਾਰਾਜ ਤੇਰੀ ਮਰਜ਼ੀ ਆ ਜੀ, ਚਾਹੇ ਭੁੱਖਾ ਰੱਖ ਲੈ, ਚਾਹੇ ਤੂੰ ਜਿਸ ਤਰ੍ਹਾਂ ਰਿੱਝਾ ਰੱਖ ਲੈ, ਮੇਰਾ ਤੇਰੇ ਨਾਲ ਪ੍ਰੇਮ ਹੈ, ਮੈਂ ਪ੍ਰੇਮ ਕਰਕੇ ਤੇਰੇ ਚਰਨਾਂ 'ਚ ਆਇਆ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਉਸ ਬੰਦੇ ਦਾ ਪਿਆਰ ਹੈ ਜਿਹਦੀ ਕੋਈ ਇੱਛਾ ਹੀ ਨਹੀਂ।